की फतेह। पिछले दिन ही श्री अकाल तख्त साहब वालों एक अपील हुई सी श्रोमणी गुरद्वारा प्रबंधक कमेटी ते समुची कौम नू कि बंदी सिंह जिहड़े बहुत लंबे अरसे ते जेलां विच बैठे आ उहदे संबंध विच सांझे जतन किए जाण। उन्हां जतनां दे विच 11 तरीक नूं पिछली नूं तेजा सिंह समुद्री हाल दे विच समूह जथेबंदियां सारियां इकट्ठियां होईयां और उस इकट्ठ दे विच इक सुरता दा बड़ा वड्डा सबूत दिता गया जिहदे विच श्रोमणी अकाली दल दे प्रधान सरदार सुखबीर सिंह जी बादल, श्रोमणी अकाली दल अमृतसर दे प्रधान सरदार सिमरजीत सिंह जी मान ते होर जथेबंदियां सिख जथेबंदियां संपर्दावां निहंग सिंह ते दमदमी टकसाल सारे इकट्ठे होए सी। उहदी इक फिर 11 मैंबरी कमेटी जिहड़ी ਉਹ ਬਣਾਈ ਸੀ ਜਿਹਦੀ 19 ਤਰੀਕ ਨੂੰ ਮੀਟਿੰਗ ਹੋਈ ਸੀ ਤੇ 19 ਤਰੀਕ ਨੂੰ ਇਹ ਫੈਸਲਾ ਹੋਇਆ ਸੀ ਕਿ ਆਪਾਂ ਸਮੂਹਿਕ ਤੌਰ ਤੇ ਪ੍ਰਧਾਨ ਮੰਤਰੀ ਨੂੰ, ਹੋਮ ਮਿਨਿਸਟਰ ਨੂੰ ਤੇ ਵੱਖ-ਵੱਖ ਸਟੇਟਾਂ ਦੇ ਜਿਹੜੇ ਚੀਫ ਮਿਨਿਸਟਰ ਸਾਹਿਬਾਨ ਉਹਨਾਂ ਨੂੰ ਮਿਲੀਏ। ਸੋ ਮੇਨ ਵਾਈ ਲਈ ਸਾਨੂੰ ਹਾਲੇ ਤੱਕ ਉਹਨਾਂ ਦਾ ਕੋਈ ਜਵਾਬ ਨਹੀਂ, ਉਹ ਤਾਂ ਸਾਡਾ ਪੋਰਟਲ ਰਾਹੀਂ ਆ ਗਏ ਤੇ ਰਸੀਟ ਹੋ ਗਈ ਆ, ਪਰ ਕੋਈ ਸਾਨੂੰ ਅੱਜ ਤੱਕ ਡੇਟ ਨਹੀਂ ਕੋਈ ਵੀ ਮਿਲੀ। ਤੇ ਅੱਜ ਸਮੂਹਿਕ ਤੌਰ ਤੇ ਉਸ ਕੰਸਟਰਕਟ ਦੇ ਵਿੱਚ ਜਥੇਦਾਰ ਅਕਾਲ ਤਖ਼ਤ ਨੇ ਫਿਰ ਅਪੀਲ ਕੀਤੀ ਕਿ ਸਮੁੱਚਾ ਪੰਥ ਇੱਕ ਥਾਂ ਇਕੱਤਰ ਹੋ ਕੇ ਸੰਗਰੂਰ ਦੀ 22 ਇਲੈਕਸ਼ਨ ਦੇ ਵਿੱਚ ਉਹਨਾਂ ਬੰਦੀ ਸਿੰਘਾਂ ਲਈ ਤੇ ਸਮੂਹਿਕ ਤੌਰ ਤੇ ਇੱਕ ਸੁਰਤਾ ਦੇ ਲਈ ਇਕੱਤਰ ਹੋ ਕੇ ਸਾਰੇ ਆਪਣੇ ਇੱਕ ਥਾਂ ਇਲੈਕਸ਼ਨ ਲੜਨ। ਸੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਾਡੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਜੀ ਭੂੰਦੜ, ਸਰਦਾਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਡੇ ਸੀਨੀਅਰ ਆਗੂ ਤੇ ਦਾਸ ਦੀ ਡਿਊਟੀ ਲੱਗੀ ਸੀ, ਅਸੀਂ ਮਾਨ ਸਾਹਿਬ ਨਾਲ ਬੈਠ ਕੇ ਵਿਚਾਰ ਕੀਤੀ ਆ ਔਰ ਇਸ ਵਿਚਾਰ ਦੇ ਵਿੱਚ ਅਸੀਂ ਇਹ ਵੀ ਇਹਨਾਂ ਨੂੰ ਬੇਨਤੀ ਕੀਤੀ ਵੀ ਆਪਾਂ ਸਾਰੇ ਇਕੱਠੇ ਹੋ ਕੇ, ਕਿਉਂਕਿ ਇਹ ਵੀ ਵਿੱਚ ਆ, ਇੱਕ ਸੁਰਤਾ ਦੇ ਨਾਲ ਇੱਕ ਕੈਂਡੀਡੇਟ ਦਈਏ। ਸੋ ਇਹਨਾਂ ਦੇ ਨਾਲ ਅੰਦਰ ਬੈਠ ਕੇ ਸਾਰੀ ਵਿਚਾਰ ਹੋਈ ਆ, ਇਹ ਵੀ ਹੁਣ ਆਪਣੀ ਵਿਚਾਰ ਪਾਰਟੀ ਨਾਲ ਕਰ ਲੈਣਗੇ। ਸਾਡੀ ਪਾਰਟੀ ਵੱਲੋਂ ਤੇ ਅਕਾਲ ਤਖ਼ਤ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਮੇਰੀ ਸੇਵਾ ਲਾਈ ਸੀ ਉਹਦੇ ਤਹਿਤ ਬੈਠ ਕੇ ਅਸੀਂ ਅੱਜ ਵਿਚਾਰਾਂ ਕੀਤੀਆਂ, ਕਿਉਂਕਿ 6 ਤਰੀਕ ਤੱਕ ਨੋਮੀਨੇਸ਼ਨ ਹੋਣੀ ਆ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਡੇ ਸਿੱਖ ਕੌਮ ਦੇ ਸਰਕਰਦਾ ਬਹੁਤ ਵੱਡੇ ਆਗੂ ਵੀ ਆ, ਜਿਹੜੇ ਲੰਬੇ ਅਰਸੇ ਤੋਂ ਆਪ ਵੀ ਜਿਸ ਵੇਲੇ ਇਲੈਕਸ਼ਨ ਲੜੀ ਤੇ ਜੇਲ੍ਹ ਦੇ ਵਿੱਚ ਸੀ ਤੇ ਉਦੋਂ ਲਗਭਗ 4.5 ਲੱਖ ਦੇ ਮਾਰਜਨ ਦੇ ਨਾਲ ਜਿਤਾ ਕੇ ਇਹਨਾਂ ਨੂੰ ਕੌਮ ਨੇ MP ਬਣਾਇਆ ਸੀ। ਸੋ ਉਸੇ ਤਰਜ਼ 'ਤੇ ਅਸੀਂ ਅੱਜ ਵੀ ਯਤਨ ਕਰ ਰਹੇ ਹਾਂ ਕਿ ਜਿਹੜੇ 30-30, 32-32 ਸਾਲ ਦੇ ਅੰਦਰ ਬੈਠੇ ਸਿੰਘ ਉਹਨਾਂ ਦੀ ਰਿਹਾਈ ਵਾਸਤੇ ਸਮੁੱਚੇ ਤੌਰ 'ਤੇ ਪੰਥ ਇੱਕ ਥਾਂ ਇਕੱਤਰ ਹੋ ਕੇ ਇੱਕ ਕੈਂਡੀਡੇਟ ਦੇਵੇ। ਸੋ ਅਸੀਂ ਕੁਛ ਇਹਨਾਂ ਦੇ ਨਾਲ ਵਿਚਾਰਾਂ ਕੀਤੀਆਂ, ਉਹ ਹੁਣੇ ਆਉਂਦੇ 1-2 ਦਿਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਮੁੱਦੇ ਨੇ ਕਿਹਾ ਸੀ ਕਿ ਕੱਲ 4 ਤਰੀਕ ਨੂੰ ਤੁਸੀਂ ਕਨਫਿਊਜ਼ ਹੋ IELTS ਤੇ PTE ਦੀ ਅੱਛੀ ਕੋਚਿੰਗ ਨੂੰ ਲੈ ਕੇ। IELTS ਸਪੀਕਿੰਗ ਟੈਸਟ ਦੇ ਬਾਰੇ ਸੋਚ ਕੇ ਤੁਹਾਡੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ, ਤੁਹਾਨੂੰ ਸਮਝ ਨਹੀਂ ਆਉਂਦਾ ਕਿ ਆਖਿਰ ਗ੍ਰਾਮੈਟੀਕਲ ਰੇਂਜ ਤੇ ਐਕੂਰੇਸੀ ਹੈ ਕੀ ਔਰ ਇਹ ਲੈਕਸੀਕਲ ਰਿਸੋਰਸ ਨੂੰ ਕਿਵੇਂ ਹੈਂਡਲ ਕਰਨਾ ਹੈ। ਵੈਲ, ਹੁਣ ਸਟ੍ਰੈਸ ਲੈਣ ਦੀ ਲੋੜ ਨਹੀਂ, IELTS ਕੋਈ ਰਾਕੇਟ ਸਾਇੰਸ ਨਹੀਂ ਹੈ। ਥੋੜ੍ਹੀ ਜਿਹੀ ਗਾਈਡੈਂਸ ਤੇ ਪ੍ਰੈਕਟਿਸ ਦੇ ਨਾਲ ਤੁਸੀਂ ਆਪਣਾ ਫੇਵਰੇਟ ਟਾਰਗੇਟ ਬੈਂਡ ਸਕੋਰ ਹਾਸਲ ਕਰ ਸਕਦੇ ਹੋ। ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ ਵਿਜ਼ਨ ਅਪਗ੍ਰੇਡ। ਅਸੀਂ ਨਾ ਸਿਰਫ ਤੁਹਾਡੀ ਹੈਲਪ ਕਰਾਂਗੇ IELTS ਤੇ PTE ਦੇ ਵਿੱਚ ਇੱਕ ਵਧੀਆ ਜਿਹਾ ਬੈਂਡ ਸਕੋਰ ਲੈਣ ਦੇ ਲਈ, ਬਲਕਿ ਸਾਡੀ ਐਕਸਪਰਟ ਟੀਮ ਤੁਹਾਨੂੰ ਗਾਈਡ ਕਰੇਗੀ ਵਿਦੇਸ਼ ਵਿੱਚ ਜਾ ਕੇ ਇੱਕ ਚੰਗੇ ਜਿਹੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ। ਤੁਸੀਂ ਸਾਨੂੰ ਸਕਰੀਨ 'ਤੇ ਦਿੱਤੇ ਹੋਏ ਡਿਫਰੈਂਟ ਨੰਬਰਸ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਤੁਸੀਂ ਸਾਡੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ www.visionupgraded.in।